जी सर अपना नाम दस के मैं प्रितिपाल सिंह थोबा जी भारतीय किसान एकता ग्रह का किसान आगू जी सर की कहना चाहते भंडारी बल प्रदर्शन देखो जी जिमें अपना 8 महीनों तो दिल्ली के वक् वक् वार्डा के 3 काले कानूनों के खिलाफ अपना धरना प्रदर्शन चल रहा है उस विषय में ही लैके जो नौजवान वीर ने साडे इत्थे आम लोकल कॉलेजों पढ़ते ही उन्हां वालों ये प्रण किया गया है कि आप भंडारी पुल के उत्ते बह के एक प्रदर्शन करना है लोगों को जागरूक करना है जिहड़े लोग अजे भी नहीं इन्हां बिलों बारे समझ नहीं सके दे बड़ा शहरी तबका जिहड़ा है 60 तों 70% किसानों के नाल जुड़ चुका है पर जिहड़ा 10 तों 30% अजे भी नहीं आ उन्हूं भी आपां चाहुंदे आ कि इह नाल जुड़े रहिण ਕਿੱਦਾਂ ਦੇਖ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਗਈ ਸਟੇਟ ਪ੍ਰਧਾਨ ਪਦ ਦੇ ਉੱਪਰ ਜੀ ਨਵਜੋਤ ਸਿੰਘ ਸਿੱਧੂ ਇਹ ਸਟੰਟਬਾਜ਼ੀ ਮਾਰਨ ਰਿਹਾ ਜੀ ਹੁਣ 22 ਵਾਲੀ ਇਲੈਕਸ਼ਨ ਜਿਹੜੀ ਸਾਹਮਣੇ ਆ ਰਹੀ ਆ ਉਸ ਨੂੰ ਵੇਖਦੇ ਆ ਜਿਹੜਾ ਰਾਹੁਲ ਗਾਂਧੀ ਨੇ ਸੋਚਿਆ ਵੀ ਜਿਹੜੇ ਕੈਪਟਨ ਨੇ ਵਾਅਦੇ ਨਹੀਂ ਪੂਰੇ ਕੀਤੇ ਉਹਦੀ ਤਾਂ ਕਿਤੇ ਨੇ ਸਰਕਾਰ ਨਹੀਂ ਬਣਦੀ ਉਹਦਾ ਵਜੂਦ ਖਤਮ ਹੋ ਗਿਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆ ਕੇ ਜਿਹੜੀ ਆਉਣ ਵਾਲੀ 22 ਵਾਲੀ ਇਲੈਕਸ਼ਨ ਇਹਦੇ ਵਿੱਚੋਂ ਲਾਹ ਲੈਣਾ ਚਾਹੁੰਦੇ ਨੇ ਪਰ ਜਿਹੜੇ ਆਮ ਲੋਕ ਮਜ਼ਦੂਰ ਕਿਸਾਨ ਨੇ ਇਹਨਾਂ ਨੂੰ ਪਤਾ ਇਹਨਾਂ ਦੀਆਂ ਚਾਲਾਂ ਦਾ ਚੰਗੀ ਤਰ੍ਹਾਂ ਲੱਗ ਚੁੱਕਾ ਹੈ ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਸਾਰੇ ਭੁਲੇਖੇ ਕੱਢਾਂਗੇ ਜਿਹੜੇ ਕਿਸਾਨਾਂ ਦੇ ਨਾਲ ਖੜਦੇ ਨੇ ਜਿਹੜਾ ਨੂੰ ਕਿਸਾਨਾਂ ਦੇ ਨਾਲ ਹਮਦਰਦੀ ਆ ਉਹਨਾਂ ਦੀਆਂ ਹੀ ਸਰਕਾਰਾਂ ਬਣ ਗਈਆਂ ਜਿਹੜੇ ਆਮ ਲੋਕਾਂ ਦੇ ਨਾਲ ਆਮ ਕਿਸਾਨਾਂ ਦੇ ਨਾਲ ਜਿਹੜੇ ਕਾਨੂੰਨ ਨਹੀਂ ਲੈ ਕੇ ਆਉਣਗੇ ਉਹਨਾਂ ਦੀ ਹਮਾਇਤ ਨਹੀਂ ਕਰਨਗੇ ਉਹਨਾਂ ਦਾ ਪੂਰੇ ਦੇਸ਼ ਦੇ ਵਿੱਚੋਂ ਬਾਈਕਾਟ ਕੀਤਾ ਜਾਏਗਾ ਕੇਂਦਰ ਸਰਕਾਰ ਦੀ ਕੀ ਮੰਸ਼ਾ ਲੱਗ ਰਹੀ ਹੈ ਕਿਉਂਕਿ ਮੀਟਿੰਗਾਂ ਦਾ ਸਿਲਸਿਲਾ ਕਿਸਾਨ ਵੀ ਮੀਟਿੰਗ 'ਚ ਜਾਂਦੇ ਪਏ ਖੇਤੀਬਾੜੀ ਤੁਮਰੀ ਮੀਟਿੰਗ 'ਚ ਬੈਠ ਰਹੇ ਕੋਈ ਹੱਲ ਕਿਉਂ ਨਹੀਂ ਨਿਕਲ ਰਿਹਾ ਮੀਟਿੰਗ ਦਾ ਦੇਖੋ ਜੀ ਜੇ ਤਾਂ ਮੋਦੀ ਦੇ ਵੱਸ ਦੀ ਗੱਲ ਹੁੰਦੀ ਤਾਂ ਹੱਲ ਨਿਕਲ ਜਾਣਾ ਸੀ ਇਹਦੇ ਮਗਰ ਵੱਡੀਆਂ ਕੰਪਨੀਆਂ ਦੇ ਹੱਥ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਲੈਕਸ਼ਨਾਂ ਵੱਡੀਆਂ ਵੱਡੀਆਂ ਇਲੈਕਸ਼ਨਾਂ ਦੇ ਵਿੱਚ ਵੱਡੇ ਵੱਡੇ ਫੰਡ ਦੇ ਕੇ ਇਹਨਾਂ ਨੂੰ ਮੋਦੀ ਪੀਐਮ ਬਣਾਇਆ ਸੀ ਜਿਹੜੀਆਂ ਬਾਹਰ ਦੀਆਂ ਅਮਰੀਕਾ ਵਰਗੀਆਂ WTO ਕੰਪਨੀਆਂ ਮੁਦਰਾ ਫੰਡ ਵਰਗੀਆਂ ਕੰਪਨੀਆਂ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਨੇ ਉਹਨਾਂ ਦੀ ਸਹਿ 'ਤੇ ਸਾਰਾ ਕੁਝ ਹੋ ਰਿਹਾ ਹੈ ਉਹ ਇਹਨਾਂ ਦੀ ਬਾਂਹ ਮਰੋੜ ਕੇ ਨੇ ਮੋਢੇ ਲਾ ਕੇ ਇਹਦੇ ਕੋਲ ਕਾਨੂੰਨ ਲਾਗੂ ਕਰਵਾਏ ਨੇ ਅਤੇ ਹੁਣ ਕਾਨੂੰਨਾਂ ਨੂੰ ਵਾਪਸ ਲੈਣ ਨਹੀਂ ਦੇ ਰਿਹਾ ਮੋਦੀ ਦੇ ਵੱਸ ਦੀ ਵੱਸੋਂ ਬਾਹਰ ਹੋ ਗਿਆ ਗੱਲ ਸਾਰੀ ਲੱਗਦਾ ਕਿ ਪਿੰਡਾਂ 'ਚ ਇਹਨਾਂ ਦਾ ਵਿਰੋਧ ਪੂਰਾ ਹੋਵੇਗਾ ਡਟ ਕੇ ਬਿਲਕੁਲ ਜੀ BJP ਜਿੱਥੇ ਵੀ ਜਾਊਗੀ ਉਹਦਾ ਡਟ ਕੇ ਵਿਰੋਧ ਹੋਊਗਾ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਦਾ ਹਰ ਥਾਂ 'ਤੇ ਇਹੀ ਹਾਲ ਕਰਾਂਗੇ ਜੋ ਤੁਸੀਂ ਪਹਿਲਾਂ ਦੇਖਿਆ ਹੈ ਡਟ ਕੇ ਸ਼ਾਂਤੀਪੂਰਵ ਅਸੀਂ ਨਾਰੇਬਾਜ਼ੀ ਕਰਾਂਗੇ ਇਹਨਾਂ ਦੇ ਖਿਲਾਫ ਡਟਾਂਗੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਕੀ ਨਾਮ ਵੀਰ ਜੀ ਮੈਂ ਜਸਪਾਲ ਸਿੰਘ ਢਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਬਲਾਕ ਜਨਾਲਾ ਦੇ ਜਨਰਲ ਅਸੀਂ ਇਹ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਅਸੀਂ ਇੱਕ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਚੰਡੀਗੜ੍ਹ ਮਟਕਾ ਚੌਂਕ ਦੇ ਵਿੱਚ ਵੀ ਇਸ ਤਰ੍ਹਾਂ ਰੋਜ਼ ਪ੍ਰਦਰਸ਼ਨ ਹੁੰਦਾ ਬਠਿੰਡਾ ਵਿੱਚ ਵੀ ਹੁੰਦਾ ਅਸੀਂ ਵੀ ਆਪਾਂ ਇੱਕ ਇੱਥੋਂ ਇੱਕ ਤੋਰ ਤੋਰਨੀ ਚਾਹੁੰਦੇ ਹਾਂ ਅਤੇ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਕਿਸਾਨ ਆ ਅਜੇ ਪਿੰਡਾਂ ਦੇ ਵਿੱਚ ਜਿਉਂਦੇ ਆ ਅਜੇ ਇਹ ਤੇਰੀ ਸੰਗੀ ਪੂਰੀ ਨੱਪਣਗੇ ਕੋਈ 2022 ਵਾਲੀ ਜਿਹੜੀ ਇਲੈਕਸ਼ਨ ਆਈ ਆ ਇਹਦਾ ਤੈਨੂੰ ਉਹਦੇ ਵਿੱਚ ਕਿਸਾਨ ਦੱਸਣਗੇ ਉਹਦਾ ਤੈਨੂੰ ਇਹ ਖਮਿਆਜ਼ਾ ਭੁਗਤਣਾ ਪਊਗਾ ਵੀ ਜਿਹੜੇ ਸਾਡੇ ਕਿਸਾਨ ਵੀਰ ਅਤੇ ਬੀਬੀਆਂ ਭੈਣਾਂ ਜਿਹੜੀਆਂ ਸਾਡੇ ਇੱਥੇ ਇਹ ਸੰਘਰਸ਼ ਨੂੰ ਇਹਦੇ ਵਿੱਚ ਸ਼ਹੀਦੀ ਪ੍ਰਾਪਤ ਕਰਦੀਆਂ ਆ ਉਹ ਇਹ ਜਿਹੜਾ ਹਿਸਾਬ ਆ ਸਾਡਾ ਇਹਦੇ ਨਾਲ ਪੂਰਾ ਬਾਕੀ ਰਹਿਣਾ ਆ ਅਤੇ ਇਹ ਅਸੀਂ ਲੈ ਕੇ ਰਹਾਂਗੇ ਅਤੇ ਇਹ ਜਿਹੜੇ ਕਾਲੇ ਕਾਨੂੰਨ ਤੈਨੂੰ ਆ ਇਹ ਰੱਦ ਕਰਾ ਕੇ ਰਹਾਂਗੇ ਇਹ ਜੀ ਇਹ ਜੂਨ ਦੀ ਗੱਲ ਨਹੀਂ ਗੀ ਜੂਨ ਤੋਂ ਉਹਦੇ ਸਰਕਰੀ ਆ ਇਹ ਗੱਲ ਇਹ ਆ ਵੀ ਜਿਸ ਤਰ੍ਹਾਂ ਕੋਈ ਬੰਦਾ ਢੀਠ ਬਣ ਜਾਂਦਾ ਨਾ ਢੀਠ ਉਹ ਢੀਠ ਬਣ ਚੁੱਕਾ ਆ ਉਹਦੇ ਅੰਦਰੋਂ BJP ਦੇ ਵਿੱਚ ਪੂਰਾ ਖਿਲਾਰਾ ਪਿਆ ਆ BJP ਦੇ ਜਿਹੜੇ ਉਹਦੇ ਮੰਤਰੀ ਅਤੇ ਹੋਰ ਵਿਧਾਇਕ ਧੜਾ ਧੜ ਅਸਤੀਫੇ ਦੇ ਕੇ ਇਸ ਪਾਰਟੀ ਦੇ ਵਿੱਚੋਂ ਬਾਹਰ ਨਿਕਲ ਰਹੇ ਆ ਅਤੇ ਕਿਸਾਨਾਂ ਦੀ ਖਾਤਰ ਜਿਹੜੇ ਚੰਗੇ ਲੀਡਰ ਆ ਉਹ ਆਵਾਜ਼ ਉਠਾ ਰਹੇ ਆ ਸਰ ਸਿੱਧੂ ਸਾਹਿਬ ਨੂੰ ਕਿੱਦਾਂ ਦੇਖ ਰਹੇ ਹੋ ਪ੍ਰਧਾਨ ਪਦ ਤੋਂ ਬਾਅਦ ਜਿਹੜੀ ਉਹਨਾਂ ਨੂੰ ਲੈਂਗੁਏਜ ਬੋਲੀ ਗਈ ਹੈ ਕਿਸਾਨਾਂ ਵਿਰੋਧੀ ਹੁਣ ਵਿਰੋਧ ਹੀ ਪੂਰਾ ਹੋ ਰਿਹਾ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਇੱਦਾਂ ਡੱਟ ਕੇ ਇਹ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਾਡੇ ਕਿਸਾਨਾਂ ਦੇ ਖਿਲਾਫ ਬੋਲਿਆ ਵੀ ਉਹ ਆਪਾਂ ਜਿਹੜੀ ਵੀ ਖੂਹ ਜਿਹੜਾ ਆ ਉਹ ਪਿਆਸੇ ਦੇ ਕੋਲ ਨਹੀਂ ਜਾਂਦਾ ਪਿਆਸਾ ਹੀ ਖੂਹ ਦੇ ਕੋਲ ਆਉਂਦਾ ਕਿਉਂਕਿ ਅਸੀਂ ਸਿੱਧੂ ਸਾਹਿਬ ਨੂੰ ਦੱਸ ਦੇਣਾ ਚਾਹੁੰਦੇ ਵੀ ਜਿੱਦਣ ਤੂੰ ਪਿੰਡਾਂ ਦੇ ਵਿੱਚ ਨਿਕਲੇਗਾ ਇਹਨਾਂ ਗੱਲਾਂ ਦਾ ਹਿਸਾਬ ਤੇਰੇ ਕੋਲੋਂ ਫੇਰ ਲਵਾਂਗੇ ਬਾਕੀ ਗੱਲ ਸਿੱਧੂ ਦੀ ਨਹੀਂ ਇਹ ਕੈਪਟਨ ਸਰਕਾਰ ਦੀ ਇੱਕ ਚਾਲ ਸੀ ਵੀ ਮੈਂ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਕੋਈ ਵੀ ਮੈਂ ਵਾਅਦਾ ਨਹੀਂ ਪੂਰਾ ਕੀਤਾ ਉਹਨਾਂ ਨੇ ਇੱਕ ਆਪਣੀ ਇਹ ਚਾਲ ਖੇਡ ਕੇ ਵੀ ਉਹਨੂੰ ਸਿੱਧੂ ਨੂੰ ਅੱਗੇ ਲਿਆਂਦਾ ਵੀ ਸ਼ਾਇਦ ਐਰਕਾ ਸਿੱਧੂ ਦੇ ਮੂੰਹ ਨੂੰ ਲੋਕ ਵੋਟਾਂ ਪਾ ਦੇਣਗੇ ਜਿਹੜਾ ਹਾਲ ਕਾਂਗਰਸ ਦਾ ਅੱਗੇ ਹੋਇਆ ਸਿੱਧੂ ਦਾ ਵੀ ਉਹੀ ਕਰਾਂਗੇ ਸਰਕਾਰ ਦੀ ਮੰਸ਼ਾ ਕੀ ਲੱਗ ਰਹੀ ਪੰਜਾਬ ਦੇ ਲੋਕ ਪੰਜਾਬ ਸਰਕਾਰ ਨਾਲ ਲੜ ਰਹੇ ਆ ਉਹ ਦੂਜੇ ਪਾਸੇ ਕਿਸਾਨ ਜਿਹੜੇ ਕੇਂਦਰ ਸਰਕਾਰ ਨਾਲ ਲੜ ਰਹੇ ਇਹ ਜੀ ਜਿਹੜੀ ਪੰਜਾਬ ਅਤੇ ਕੇਂਦਰ ਦੀ ਸਰਕਾਰ ਆ ਇਹ ਦੋਵੇਂ ਆਪਸ ਵਿੱਚ ਰਲੀਆਂ ਹੋਈਆਂ ਆ ਅਤੇ ਇੱਕੋ ਤੱਕੜੀ ਦੇ ਚੱਟੇ ਵੱਟੇ ਆ ਇਹ ਸਰਕਾਰ ਜਿਹੜੀ ਮਰਜ਼ੀ ਬਣਾ ਲਈਏ ਜਿਹੜਾ ਇਹਨਾਂ ਨੇ ਜਿੰਨੇ ਵੀ ਸਰਕਾਰ ਆਪਾਂ ਚੁਣ ਕੇ ਘਲਾਵਾਂਗੇ ਉਹਨੇ ਜਿਹੜਾ ਵੀ ਕਾਨੂੰਨ ਲਿਆਉਣਾ ਉਹ ਕਾਰਪੋਰੇਟ ਪੱਖੀ ਲਿਆਉਣਾ ਕਿਸਾਨਾਂ ਦੀ ਕੋਈ ਸਰਕਾਰ ਨਹੀਂ ਗੀ ਕਿਸਾਨਾਂ ਨੂੰ ਸਾਰੀਆਂ ਸਰਕਾਰਾਂ ਮਾਰੂ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਜਿਹੜਾ ਸਾਨੂੰ ਸੰਯੁਕਤ ਮੋਰਚੇ ਵੱਲੋਂ ਜੋ ਵੀ ਸਾਨੂੰ ਪ੍ਰੋਗਰਾਮ ਆਊਗਾ ਅਸੀਂ ਉਹ ਤਗੜੇ ਹੋ ਕੇ
ਉਹਨੂੰ ਲਾਗੂ ਕਰਾਂਗੇ। ਦੂਸਰਾ ਸਾਡਾ 15 ਅਗਸਤ ਵਾਲੇ ਦਿਨ ਅਸੀਂ ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲੈ ਕੇ ਮਾਰਚ ਕਰਾਂਗੇ ਅਤੇ ਇਹ ਕਰਾਂਗੇ ਵੀ ਜਿਹੜਾ ਇਹ ਕਹਿ ਰਿਹਾ ਵੀ 15 ਅਗਸਤ ਵਾਲੇ ਦਿਨ ਇਹ ਦੇਸ਼ ਯਾਦ ਹੋਇਆ ਸੀ, ਅਸੀਂ ਲੋਕਾਂ ਨੂੰ ਦੱਸਾਂਗੇ ਵੀ ਯਾਦ ਨਹੀਂ ਹੋਇਆ ਅਤੇ ਆਪਣਾ ਦੇਸ਼ ਅਜੇ ਵੀ ਇਹਨਾਂ ਲੀਡਰਾਂ ਦੇ ਅਤੇ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੈ।